कैथोलिक क्लिसिया की मसीही तालीम क्या है, जानेंगे इनको और भी करीब से हमारा खास कार्यक्रम कैटेकिज्म ऑफ द कैथोलिक चर्च में। यीशु की आवासी प्रार्थना करिए। प्यारे प्रभु जी, असीं तेरा धन्नवाद शुक्र करदे हां। ਤੇਰੇ ਪਾਕ ਵਚਨਾਂ ਉੱਤੇ ਧਿਆਨ ਕਰਨ ਦੇ ਲਈ, ਮੁਕਤੀ ਦੀਆਂ ਫਾਇਦਾ ਉੱਤੇ ਗੌਰ ਕਰਨ ਦੇ ਲਈ, ਇਸੇ ਤਰ੍ਹਾਂ ਮੁਕਤੀ ਕੀ ਤਰਫ ਅੱਗੇ ਵਧਣ ਦੇ ਲਈ ਪ੍ਰਭੂ ਜੀ ਤੂੰ ਸਾਨੂੰ ਮੌਕਾ ਦਿੰਦਾ ਹੈ। ਆਪਣੀ ਰੋਸ਼ਨੀ ਨਾਲ ਪ੍ਰਭੂ ਸਾਨੂੰ ਭਰਪੂਰ ਕਰ ਦੇ। ਤੇਰੇ ਬਾਰੇ ਜਾਣਨ ਦੇ ਲਈ ਤੇਰੀ ਰੋਸ਼ਨੀ, ਪਵਿੱਤਰ ਆਤਮਾ ਦੀ ਮਦਦ ਸਾਨੂੰ ਬਹੁਤ ਹੀ ਜ਼ਰੂਰੀ ਹੈ। ਪ੍ਰਭੂ ਤੂੰ ਸਾਡੇ ਨਾਲ ਬੋਲ ਅਤੇ ਤੇਰੇ ਪਾਕ ਵਚਨ ਸੁਣਨ ਦੇ ਲਈ ਸਾਡੇ ਕੰਨ ਨੂੰ ਖੋਲ ਦੇ। ਇਸੇ ਤਰ੍ਹਾਂ ਸੱਚਿਆਈ ਨੂੰ ਪਹਿਚਾਣਨ ਲਈ, ਸਵੀਕਾਰ ਕਰਨ ਦੇ ਲਈ, ਉਸ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਸਫਲਤਾਪੂਰਵਕ ਬਿਤਾਉਣ ਦੇ ਲਈ ਪ੍ਰਭੂ ਜੀ ਕਿਰਪਾ ਪ੍ਰਦਾਨ ਕਰਨ, ਅਸੀਂ ਮੰਗਦੇ ਹਾਂ ਪਿਆਰੇ ਯੇਸ਼ੂ ਤੇਰੇ ਪਾਕ ਨਾਮ ਦੇ ਵਿੱਚ, ਆਮੀਨ। ਅਸੀਂ ਵਿੱਚ ਪਿਆਰਿਓ, ਅਸੀਂ ਪ੍ਰਭੂ ਯੇਸ਼ੂ ਮਸੀਹ ਦੇ ਬਚਪਨ ਦੀਆਂ ਪੈਦਾ ਉੱਤੇ ਵਿਚਾਰ ਕੀਤਾ ਸੀ ਅਤੇ ਉਹ ਸਾਨੂੰ ਵੀ ਇਸ਼ਾਰਾ ਦਿੰਦਾ ਹੈ। ਸਾਡੇ ਜੋ ਜੀਵਨ ਵੀ ਇਸੇ ਤਰ੍ਹਾਂ ਬਚਪਨ ਹੈ, ਮਸੀਹ ਦੇ ਵਿੱਚ ਸਾਨੂੰ ਵੀ ਜਨਮ ਲੈਣਾ ਹੈ, ਮਸੀਹ ਦੇ ਵਿੱਚ ਸਾਡੇ ਜ਼ਿੰਦਗੀ ਨੂੰ ਖੁਦਾ ਦੇ ਲਈ ਸਮਰਪਣ ਵੀ ਕਰਨਾ ਹੈ। ਇਹ ਹੁੰਦਾ ਹੈ ਬਪਤਿਸਮੇ ਦੇ ਵੇਲੇ। ਅੱਜ ਅਸੀਂ ਵਿਚਾਰ ਕਰਾਂਗੇ ਪ੍ਰਭੂ ਯੇਸ਼ੂ ਮਸੀਹ ਦੀ ਜੋ ਛੁਪਿਆ ਹੋਇਆ ਸਮਾਂ, ਯਾਨੀ ਪ੍ਰਭੂ ਯੇਸ਼ੂ ਮਸੀਹ ਨੂੰ ਮੰਦਰ ਦੇ ਵਿੱਚ ਫਿੰਡ ਚੜਾਉਣ ਤੋਂ ਬਾਅਦ ਅਸੀਂ ਪ੍ਰਭੂ ਯੇਸ਼ੂ ਮਸੀਹ ਨੂੰ ਕੇਵਲ ਇੱਕ ਵਾਰੀ ਹੀ ਵੇਖਣਗੇ ਅੰਜੀਲ ਦੇ ਵਿੱਚ। ਉਹ ਹੈ 12 ਸਾਲ ਦੀ ਉਮਰ ਦੇ ਵਿੱਚ ਉਹ ਮੰਦਰ ਦੇ ਵਿੱਚ ਯਹੂਦੀਆਂ ਦੇ ਰੀਤ ਦੇ ਮੁਤਾਬਿਕ ਗਿਆਨੀਆਂ ਦੇ ਸਾਹਮਣੇ ਆਪਣੇ ਜੋ ਸਿੱਖਿਆ ਹੈ, ਗਿਆਨ ਹੈ, ਪ੍ਰਗਟ ਕਰਨ ਦੇ ਲਈ, ਯਾਨੀ ਪੇਪਰ ਲਿਖਣ ਦੇ ਲਈ, ਇਗਜ਼ਾਮ ਦੇ ਵਿੱਚ ਬੈਠਣ ਦੇ ਲਈ ਉਹਨੂੰ ਲੈ ਕੇ ਗਿਆ ਅਤੇ ਉੱਥੇ ਪ੍ਰਭੂ ਯੇਸ਼ੂ ਮੰਦਰ ਵਿੱਚ ਹੀ ਰਹੇ। ਪਰ ਯੂਸਫ ਅਤੇ ਮਰੀਅਮ ਇਹ ਸੋਚਦੇ ਹੋਏ ਕਿ ਸ਼ਾਇਦ ਬਾਕੀ ਬੱਚਿਆਂ ਦੇ ਨਾਲ ਹੋਵੇਗਾ, ਅੱਗੇ ਚੱਲ ਗਏ, ਵਾਪਸ ਮੁੜ ਗਏ ਅਤੇ ਇੱਕ ਦਿਨ ਤੋਂ ਬਾਅਦ ਪਤਾ ਲੱਗਾ ਕਿ ਯੇਸ਼ੂ ਮਸੀਹ ਉਹਨਾਂ ਦੇ ਨਾਲ ਨਹੀਂ ਹੈ। ਫਿਰ ਉਹ ਵਾਪਸ ਮੁੜਦਾ ਹੈ ਉਸ ਦੀ ਖੋਜ ਕਰਦੇ ਹੋਏ ਅਤੇ ਫਿਰ ਉਸ ਨੂੰ ਤੀਜੇ ਦਿਨ ਗਿਆਨੀਆਂ ਦੇ ਨਾਲ ਗੱਲ ਕਰਦੇ ਹੋਏ ਵੇਖੇਗਾ ਅਤੇ ਇਹ ਵਿਚਕਾਰਲੀ ਜੋ ਇਹ ਘਟਨਾ ਤੋਂ ਇਲਾਵਾ ਹੋਰ ਕੁਛ ਅਸੀਂ ਯੇਸ਼ੂ ਮਸੀਹ ਦੇ ਜੋ ਜੀਵਨ ਹੈ ਬਚਪਨ ਤੋਂ ਲੈ ਕੇ ਅੱਗੇ ਪ੍ਰਚਾਰ ਦਾ ਕੰਮ ਸ਼ੁਰੂ ਕਰਨ ਤੱਕ ਅਸੀਂ ਨਹੀਂ ਦੇਖਦਾ ਹੈ। ਇਸ ਨੂੰ ਬੋਲਦਾ ਹੈ ਦ ਹਿਡਨ ਲਾਈਫ ਆਫ ਜੀਸਸ, ਯਾਨੀ ਪ੍ਰਭੂ ਯੇਸ਼ੂ ਮਸੀਹ ਨੇ ਆਪਣੀ ਜ਼ਿੰਦਗੀ ਦੁਨੀਆ ਦੇ ਵਿੱਚੋਂ ਛੁਪਾਇਆ ਹੈ ਅਤੇ ਸਾਡੇ ਤੋਂ ਵੀ ਛੁਪਾਇਆ ਹੈ, ਸਾਨੂੰ ਨਹੀਂ ਪਤਾ ਚੱਲਦਾ ਹੈ ਕਿਸ ਤਰ੍ਹਾਂ। ਪਰ ਇਹ ਜੋ ਘਟਨਾ ਹੈ ਜੋ 12 ਸਾਲ ਦੇ ਵਿੱਚ ਜੋ ਹੋਇਆ ਹੈ, ਇਹ ਸਾਨੂੰ ਇਸ਼ਾਰਾ ਦਿੰਦਾ ਹੈ ਅਤੇ ਸਾਨੂੰ ਸਿਖਾਉਂਦਾ ਹੈ ਅਤੇ ਸਮਝਾਉਂਦਾ ਵੀ ਹੈ ਕਿ ਇਹ ਇਸੇ ਤਰ੍ਹਾਂ ਦੀ ਜੋ ਜੀਵਨ ਹੈ, ਯਾਨੀ
ਮਾਤਾ ਪਿਤਾ ਦੀ ਆਗਿਆਕਾਰੀ ਬਣ ਕੇ ਰਹਿਣ ਦਾ ਹਰ ਬੱਚਿਆਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਮਾਤਾ ਪਿਤਾ ਦੀ ਆਗਿਆਕਾਰੀ ਰਹੇ, ਗਿਆਨ ਪ੍ਰਾਪਤ ਕਰੇ। ਜਦੋਂ ਖੁਦ ਜ਼ਿੰਮੇਵਾਰੀ ਲੈ ਕੇ ਆਪਣੀ ਜ਼ਿੰਦਗੀ ਲੈ ਚੱਲਣ ਦੀ ਜਦੋਂ ਬੜੇ ਹੋ ਜਾਵੇਗਾ, ਤਦ ਤੱਕ ਉਹ ਆਪਣੇ ਜ਼ਿੰਦਗੀ ਗੁਪਤ ਤੌਰ 'ਤੇ ਹੀ ਬਿਤਾਉਣਾ ਹੈ। ਗੁਪਤ ਤੌਰ 'ਤੇ ਜੋ ਸਾਡੀ ਜ਼ਿੰਦਗੀ ਹੈ, ਇਹ ਸ਼ਾਇਦ ਇਸ ਵੱਲ ਵੀ ਇਸ਼ਾਰਾ ਦੇਵੇਗਾ ਕਿ ਸਾਡੇ ਜ਼ਿੰਦਗੀ ਦੀਆਂ ਗੁਪਤ ਸਮਾਂ, ਕਈ ਵਾਰੀ ਜਿਹਦੇ ਬਾਰੇ ਸਾਨੂੰ ਪਤਾ ਵੀ ਨਹੀਂ ਹੈ ਕਿ ਅਸੀਂ ਕਿਸ ਤਰੀਕੇ ਦੀ ਜ਼ਿੰਦਗੀ ਬਿਤਾਉਂਦਾ ਹੈ। ਬਚਪਨ ਤੋਂ ਲੈ ਕੇ ਮਸੀਹਾ ਆਪਣੇ ਪਾਲਣਹਾਰ ਪਿਤਾ ਸੰਤ ਯੂਸਫ ਅਤੇ ਮਾਤਾ ਮਰੀਮ ਦੇ ਨਾਲ ਰਹੇ, ਕੀ ਕਰਦੇ ਰਹੇ ਸਾਨੂੰ ਨਹੀਂ ਪਤਾ ਹੈ, ਕੁਛ ਨਹੀਂ ਦੱਸਿਆ ਗਿਆ ਹੈ। ਪਰ ਅਸੀਂ ਇਹ ਸਮਝ ਸਕਦੇ ਹਾਂ ਕਿ ਮਸੀਹਾ ਨੇ ਨਾਸਰਤ ਦੇ ਪਵਿੱਤਰ ਪਰਿਵਾਰ ਦੇ ਹਿੱਸਾ ਬਣ ਕੇ ਜ਼ਿੰਦਗੀ ਬਿਤਾਇਆ ਅਤੇ ਸਾਧਾਰਨ ਜੀਵਨ ਬਿਤਾਏ। ਉੱਥੇ ਉਸ ਸਮੇਂ ਮਸੀਹਾ ਦੀ ਪ੍ਰਗਟਾਵਾ ਨਹੀਂ ਹੋਵੇਗਾ। ਮਸੀਹਾ ਹੋ ਕੇ ਪ੍ਰਗਟ ਤਦ ਹੋਵੇਗਾ ਯਰਦਨ ਦਰੀਏ ਦੇ ਵਿੱਚ, ਖੰਨਾ ਬਪਤਿਸਮਾ ਦੇਣ ਵਾਲਿਆਂ ਨੇ ਆਵਾਜ਼ ਦੇ ਕੇ, ਇਸ਼ਾਰਾ ਦੇ ਕੇ ਕਹਿਣਗੇ, ਦੇਖੋ ਦੁਨੀਆ ਦੇ ਪਾਪ ਚੁੱਕ ਲੈਣ ਵਾਲਾ ਲੇਲਾ। ਅਗਲੇ ਦਿਨ ਆਪਣੇ ਚੇਲਿਆਂ ਨੂੰ ਦਿਖਾਉਂਦੇ ਹੋਏ ਕਹਿਣਗੇ, ਆ ਦੇਖੋ ਇਹ ਲੇਲਾ ਜਿਹਦੇ ਬਾਰੇ ਮੈਂ ਕੱਲ੍ਹ ਤੁਹਾਨੂੰ ਕਿਹਾ ਸੀ। ਅਤੇ ਉਹਨਾਂ ਦੇ ਵਿੱਚ ਕੁਛ ਮਸੀਹ ਦੇ ਪਿੱਛੇ ਚੱਲਣਗੇ, ਉਹਦੇ ਚੇਲੇ ਬਣਨਗੇ। ਪਰ ਇਹਦੇ ਵਿਚਕਾਰਲੀ ਜੋ ਸਮਾਂ ਹੈ, ਹਿਡਨ ਲਾਈਫ, ਇਹ ਸਾਨੂੰ ਕੀ ਸਿਖਾਉਂਦਾ ਹੈ? ਇਹਦਾ ਮਤਲਬ ਇਹੀ ਹੈ ਸਾਨੂੰ ਵੀ ਸਾਧਾਰਨ ਜ਼ਿੰਦਗੀ ਬਿਤਾਉਣਾ ਹੈ। ਮਸੀਹਾ ਜੋ ਜ਼ਿੰਦਗੀ ਬਿਤਾਇਆ ਹੈ ਉਹ ਸਾਡੇ ਲਈ ਨਮੂਨਾ ਹੈ। ਮਸੀਹਾ ਆਪਣੇ ਮਾਤਾ ਪਿਤਾ ਦੀ ਆਗਿਆ ਹੇਠ ਜੀਵਨ ਬਿਤਾਇਆ, ਪਵਿੱਤਰ ਵਚਨ ਕਹਿੰਦਾ ਹੈ। ਉੱਥੇ ਜਦੋਂ ਮੰਦਰ ਦੇ ਵਿੱਚ ਜਦੋਂ ਘਟਨਾ ਵਾਪਰੀਆ, ਮਰੀਮ ਨੇ ਬਹੁਤ ਵਿਆਕੁਲ ਹੋ ਕੇ ਕਿਹਾ, ਬੇਟਾ ਇਹ ਤੁਸੀਂ ਸਾਡੇ ਨਾਲ ਕੀ ਕੀਤਾ ਹੈ? ਤੇਰੇ ਪਿਤਾ ਅਤੇ ਮੈਂ ਕਿਤਨੇ ਦੁਖੀ ਹਿਰਦੇ ਨਾਲ ਤੈਨੂੰ ਲੱਭਦੇ ਸਾਂ। ਅਤੇ ਪ੍ਰਭੂ ਯੇਸ਼ੂ ਨਾਲ ਜਵਾਬ ਦੇਣਗੇ ਕਿ ਤੁਹਾਨੂੰ ਨਹੀਂ ਪਤਾ ਸੀ ਕਿ ਮੈਂ ਮੇਰੇ ਪਿਤਾ ਦੇ ਕੰਮ ਦੇ ਵਿੱਚ ਲੱਗੇ ਰਹਿਣਾ ਹੈ? ਤੁਸੀਂ ਕਿਉਂ ਹੋਰ ਗੱਲਾਂ ਵੱਲ ਸੋਚਿਆ ਹੈ? ਮੇਰੇ ਪਿਤਾ ਦੇ ਕੰਮ ਦੇ ਵਿੱਚ ਮੈਂ ਲੱਗਾ ਹੈ। ਪਿਤਾ ਦਾ ਕੰਮ ਹੈ ਸਵਰਗ ਦਾ ਰਾਜ ਦਾ ਕੰਮ, ਜੋ ਗਿਆਨੀਆਂ ਦੇ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਮਸੀਹਾ ਦੇ ਆਉਣ ਦੇ ਬਾਰੇ ਸਭ ਪ੍ਰਭੂ ਯੇਸ਼ੂ ਉਹਨਾਂ ਨੂੰ ਸਮਝਾ ਰਿਹਾ ਸੀ। ਪਰ ਉਸ ਸਮੇਂ ਤੋਂ ਲੈ ਕੇ, ਯਾਨੀ 12 ਸਾਲ ਦੇ ਵਿੱਚ ਪਾਵੇ ਯਹੂਦੀ ਕੌਮ ਦੇ ਲਈ ਇੱਕ ਬੱਚਾ ਬੜਾ ਹੋ ਗਿਆ ਹੈ, ਪੇਪਰ ਪਾਸ ਹੋ ਗਿਆ ਹੈ, ਤਾਂ ਯਹੂਦੀਆਂ ਦੇ ਵਿੱਚ ਉਹ ਪੂਰਨ ਤੌਰ 'ਤੇ ਉਹ ਜੈਸੇ ਪੂਰਨ ਆਜ਼ਾਦੀ ਦੇ ਨਾਲ ਯਹੂਦੀ ਜ਼ਿੰਦਗੀ ਬਿਤਾਉਣ ਦੇ ਲਈ ਉਹ ਉਸਨੂੰ ਹੱਕ ਹੈ। ਪਰ ਫਿਰ ਵੀ ਪ੍ਰਭੂ ਯੇਸ਼ੂ ਉਹਨਾਂ ਦੇ ਨਾਲ ਉਹਨਾਂ ਦੀ ਆਗਿਆਕਾਰੀ ਬਣ ਕੇ ਰਿਹਾ ਹੈ। ਤਾਂ ਮਾਤਾ ਪਿਤਾ ਦੀ ਆਗਿਆਕਾਰੀ ਬਣਨਾ ਇਹ ਕੋਈ ਮਾੜੀ ਗੱਲ ਨਹੀਂ, ਇਹ ਖੁਦਾ ਦੀ ਯੋਜਨਾ ਹੈ। ਸਾਨੂੰ ਮਾਤਾ ਪਿਤਾ ਕੋਲੋਂ ਬਹੁਤ ਕੁਝ ਸਿੱਖਣਾ ਵੀ ਹੈ। ਅਤੇ ਇਹ ਸਾਰੇ ਸਮਾਂ ਪ੍ਰਭੂ ਯੇਸ਼ੂ ਜਿਵੇਂ ਪ੍ਰਾਈਵੇਟ ਰੈਵਲੇਸ਼ਨ ਦੇ ਵਿੱਚ ਕਹਿਣਗੇ ਕਿ
ਕਿ ਸਾਰਾ ਕੁਛ ਮੁਕਤੀ ਦੇ ਕੰਮ ਦੇ ਲਈ ਹੀ ਮੈਂ ਕੀਤਾ ਹੈ। ਯਾਨੀ ਮੁਕਤੀ ਦੀ ਜੋ ਯੋਜਨਾ ਹੈ ਉਹਦੇ ਵਿੱਚ ਪ੍ਰਭੂ ਯੇਸ਼ੂ ਮਸੀਹ ਦੀ ਕੁਰਬਾਨੀ ਕੇਵਲ ਕਾਲਵਰੀ ਪਹਾੜ ਉੱਤੇ ਉਹ ਕੁਰਬਾਨੀ ਕੇਵਲ ਨਹੀਂ, ਯੇਸ਼ੂ ਮਸੀਹ ਦੀ ਸਾਰਾ ਜੀਵਨ ਉਹ ਕੁਰਬਾਨੀ ਦੀ ਹਿੱਸਾ ਸੀ। ਇਸੇ ਕਰਕੇ ਜਦੋਂ ਨਾਸਰਤ ਦੇ ਵਿੱਚ ਮਰੀਅਮ ਦੇ ਨਾਲ ਮਿਲ ਕੇ ਘਰ ਦੇ ਕੰਮ ਕੀਤੇ, ਯੂਸਫ ਦੇ ਨਾਲ ਮਿਲ ਕੇ ਤਰਖਾਣ ਦੇ ਕੰਮ ਕੀਤੇ, ਜਦੋਂ ਉਹ ਕਮਰਾ ਸਾਫ਼ ਕੀਤਾ ਹੈ ਜਾਂ ਕੱਪੜਾ ਧੋਇਆ ਹੈ ਜਾਂ ਘਰ ਕੀ ਜੋ ਰੋਜ਼ਾਨਾ ਜੋ ਜ਼ਰੂਰਤ ਹੈ ਉਹ ਪੂਰਾ ਕੀਤਾ, ਉਹ ਸਭ ਕੁਰਬਾਨੀ ਦੀ ਹਿੱਸਾ ਸੀ, ਪਾਪ ਯਾਨ ਬਚਾਉਣ ਦੇ ਲਈ ਸੀ। ਇਸੇ ਕਰਕੇ ਹੀ ਸਾਨੂੰ ਕਲੀਸੀਆ ਸਮਝਾਉਂਦਾ ਹੈ ਸਾਡੇ ਰੋਜ਼ਾਨਾ ਜ਼ਿੰਦਗੀ, ਵਿਸ਼ੇਸ਼ ਤੌਰ 'ਤੇ ਪਰਿਵਾਰਕ ਜ਼ਿੰਦਗੀ ਜੋ ਹੈ ਇੱਕ ਜੀਵਨ ਦੀ ਕੁਰਬਾਨੀ ਹੈ। ਜੇਕਰ ਅਸੀਂ ਇਹ ਸਮਝੇਗਾ ਕਿ ਸਾਡੇ ਜ਼ਿੰਦਗੀ ਮਸੀਹ ਦੇ ਨਾਲ ਇੱਕ ਕੁਰਬਾਨੀ ਦੀ ਤਰ੍ਹਾਂ ਸਾਨੂੰ ਜੀਉਣਾ, ਸੰਤ ਪੌਲ ਸਾਨੂੰ ਕਹੇਗਾ ਰੋਮੀਆਂ ਨੂੰ ਲਿਖਦੇ ਉਹਦੇ 12 ਬਾਬ ਦੇ ਵਿੱਚ ਕਹੇਗਾ ਸਾਡੀ ਜ਼ਿੰਦਗੀ ਨੂੰ ਇੱਕ ਜੀਵਨ ਦੀ ਕੁਰਬਾਨੀ ਦੀ ਤਰ੍ਹਾਂ ਅਸੀਂ ਛਡਾਉਣਾ ਚਾਹੀਦਾ। ਯਾਨੀ ਸਾਡੇ ਰੋਜ਼ਾਨਾ ਸਾਧਾਰਨ ਜੀਵਨ ਵੀ ਖੁਦਾ ਦੇ ਸਾਹਮਣੇ ਬਹੁਤ ਮੁੱਲਵਾਨ ਹੋ ਜਾਂਦਾ ਹੈ ਜਦੋਂ ਅਸੀਂ ਉਸ ਨੂੰ ਆਗਿਆਕਾਰੀ ਬਣ ਕੇ ਕਹਿਰਦਾ ਹੈ, ਹਲੀਮੀ ਦੇ ਨਾਲ ਜੀਉਂਦਾ ਹੈ ਅਤੇ ਦੂਜਿਆਂ ਦੀ ਸੇਵਾ ਦੇ ਲਈ ਉਸਨੂੰ ਇਸਤੇਮਾਲ ਕਰਦਾ ਹੈ। ਪਰਿਵਾਰ ਦੇ ਵਿੱਚ ਇੱਕ ਦੂਸਰੇ ਦੀ ਸੇਵਾ ਹਲੀਮੀ ਦੇ ਨਾਲ ਅਤੇ ਤਾਬੇਦਾਰੀ ਦੇ ਨਾਲ, ਇਸੇ ਤਰ੍ਹਾਂ ਦੀ ਜ਼ਿੰਦਗੀ ਖੁਦਾ ਨੂੰ ਪਸੰਦ ਹੈ। ਖੁਦਾ ਹੁੰਦੇ ਹੋਏ ਵੀ ਸੰਤ ਪੌਲ ਸਾਨੂੰ ਕਹੇਗਾ ਖੁਦਾ ਦੀ ਦਰਜਾ ਹੋਣ ਦੇ ਬਾਵਜੂਦ ਉਸਨੇ ਸਾਡੇ ਵਾਂਗ ਇੱਕ ਮਨੁੱਖ ਬਣਾ ਹੈ। ਸਿਰਫ ਇਤਨਾ ਹੀ ਨਹੀਂ, ਉਹ ਇੱਕ ਦਾਸ ਦੀ ਰੂਪ ਧਾਰ ਲਿਆ ਅਤੇ ਸੂਲੀ ਉੱਤੇ ਆਪਣੇ ਜੀਵਨ ਕੁਰਬਾਨ ਕਰਨ ਤੱਕ ਉਸਨੇ ਆਪਣੇ ਆਪ ਨੂੰ ਨੀਵਾ ਕੀਤਾ ਹੈ, ਹਲੀਮ ਰਿਹਾ। ਤਾਂ ਇਸੇ ਤਰ੍ਹਾਂ ਸਾਨੂੰ ਸਭ ਨੂੰ ਇਹ ਚਾਹੀਦਾ ਹੈ ਹਲੀਮੀ ਦੇ ਨਾਲ ਜ਼ਿੰਦਗੀ ਬਿਤਾਉਣਾ ਹੈ। ਦੁਨੀਆ ਹਲੀਮੀ ਨੂੰ ਨਹੀਂ ਪਸੰਦ ਕਰਦੇ ਅਤੇ ਤਾਬੇਦਾਰੀ ਨੂੰ ਨਹੀਂ ਪਸੰਦ ਕਰਦੇ। ਅਨ ਆਗਿਆਕਾਰੀ ਰਹਿਣਾ ਕੋਈ ਬੜੀ ਬਾਤ ਸੋਚਦਾ ਹੈ ਨੌਜਵਾਨ ਪੀੜ੍ਹੀ ਅੱਜ ਦੇ ਸਮੇਂ, ਪਰ ਇਹਦੇ ਵਿੱਚ ਮੁੱਲ ਹੈ। ਮਸੀਹੀ ਜੀਵਨ ਹੈ ਸਾਡੇ ਲਈ, ਖੁਦਾ ਦੇ ਸੰਤਾਨ ਹੋਣ ਦੇ ਨਾਤੇ ਵੀ ਮਸੀਹ ਦੇ ਨਾਲ ਅਸੀਂ ਵੀ ਆਪਣੇ ਮਾਤਾ ਪਿਤਾ ਦੀ ਆਦਰ, ਉਹਨਾਂ ਦੀ ਸੇਵਾ, ਉਹਨਾਂ ਦੇ ਨਾਲ ਮਿਲ ਕੇ ਮਿਹਨਤ ਕਰਨਾ ਅਤੇ ਇਸੇ ਤਰ੍ਹਾਂ ਆਪਣੇ ਪਰਿਵਾਰ ਨੂੰ ਸ਼ੁੱਧ ਕਰਨ ਲਈ, ਦੁਨੀਆ ਨੂੰ ਪਵਿੱਤਰ ਕਰਨ ਦੇ ਲਈ ਸਾਡੀ ਜੋ ਯੋਗਦਾਨ ਹੈ ਉਹ ਜ਼ਰੂਰ ਦੇਣਾ ਚਾਹੀਦਾ ਹੈ। ਅਤੇ ਜਿਵੇਂ ਪ੍ਰਭੂ ਖੁਦਾ ਨੇ, ਯੇਸ਼ੂ ਮਸੀਹ ਨੇ ਯੂਸਫ ਅਤੇ ਮਰੀਅਮ ਦੇ ਆਗਿਆਕਾਰ ਜੇਕਰ ਰਿਹਾ ਹੈ, ਇਹ ਖੁਦਾ ਬਾਪ ਦੀ ਆਗਿਆਕਾਰੀ ਦੀ ਇੱਕ ਹਿੱਸਾ ਸੀ। ਜਦੋਂ ਅਸੀਂ ਸਾਡੇ ਅਧਿਕਾਰੀ, ਸਾਡੇ ਮਾਤਾ ਪਿਤਾ, ਸਾਡੀਆਂ ਆਗੂਆ, ਉਹਨਾਂ ਦੀ ਆਗਿਆਕਾਰੀ ਜਦੋਂ ਰਹਿੰਦਾ ਹੈ, ਕੇਵਲ ਉਹਨਾਂ ਦੀ ਨਹੀਂ ਇਹ ਖੁਦਾ ਦੀ ਯੋਜਨਾ ਦੀ ਆਗਿਆਕਾਰੀ ਹੈ। ਖੁਦਾ ਨੇ ਹੀ ਆਗਿਆ ਦਿੱਤਾ ਸੀ ਆਪਣੇ ਮਾਤਾ ਪਿਤਾ ਦੀ ਆਦਰ ਕਰਨ ਲਈ, ਉਹਨਾਂ ਦੀ ਆਗਿਆ ਦੀ ਪਾਲਣਾ ਕਰਨ ਦੇ ਲਈ, ਤਾਂ ਖੁਦਾ ਤੋਂ ਮਿਲਿਆ ਆਗਿਆ ਹੈ। ਅਤੇ ਇਸੇ ਕਰਕੇ ਖੁਦਾ ਹੁੰਦੇ ਹੋਏ ਵੀ ਜਦੋਂ ਮਸੀਹਾ ਨੇ, ਖੁਦਾ ਦੇ ਸ਼ਬਦ ਨੇ ਮਨੁੱਖ ਬਣ ਕੇ ਸੰਸਾਰ ਦੇ ਵਿੱਚ ਆਇਆ, ਪ੍ਰਭੂ ਯੇਸ਼ੂ ਸਾਡੇ ਵਾਂਗ ਜਿਵੇਂ ਸਾਨੂੰ ਜੀਉਣਾ ਚਾਹੀਦਾ ਹੈ ਉਸੇ ਤਰ੍ਹਾਂ ਜ਼ਿੰਦਗੀ ਬਿਤਾ ਕੇ ਸਾਡੇ ਸਾਹਮਣੇ ਰੱਖਦਾ ਹੈ ਤਾਂ ਕਿ ਅਸੀਂ ਵੀ
ਮਸੀਹ ਦੇ ਪਿੱਛੇ ਚੱਲਣ ਵਾਲੇ ਬਣੀਏ। ਸਾਡੇ ਰੋਜ਼ਾਨਾ ਜ਼ਿੰਦਗੀ ਦਾ ਮਹੱਤਵ ਹੈ, ਸਾਡੇ ਰੋਜ਼ਾਨਾ ਜੀਵਨ ਵੀ ਇੱਕ ਕੁਰਬਾਨੀ ਹੋ ਸਕਦਾ ਹੈ, ਜਿਹਦੇ ਰਾਹੀਂ ਬਹੁਤ ਸਾਰੇ ਲੋਕ ਬਚ ਸਕਦੇ ਹਾਂ, ਦੁਨੀਆ ਪਵਿੱਤਰ ਹੋ ਸਕਦੇ ਹਾਂ। ਜੇਕਰ ਅਸੀਂ ਇਸੇ ਤਰ੍ਹਾਂ ਜੀਉਣ ਦੇ ਲਈ ਤਿਆਰ ਹੋਵੇਗਾ, ਮਸੀਹ ਦੇ ਨਾਲ ਮਿਲ ਕੇ ਮਸੀਹ ਦੀ ਜੀਵਨ ਅਤੇ ਉਸਦੀ ਕੁਰਬਾਨੀ ਦੇ ਵਿੱਚ ਸ਼ਰੀਕ ਅਸੀਂ ਹੁੰਦੇ ਹਾਂ, ਤਾਂ ਕਿ ਅਸੀਂ ਉਸ ਦੀ ਮਹਿਮਾ ਦੇ ਵਿੱਚ ਵੀ ਸ਼ਰੀਕ ਹੋ ਜਾਵੇ। ਇਸੀ ਦੀ ਇਹ ਤਿਆਰੀ ਹੈ। ਅਤੇ ਅੱਜ ਵਿਸ਼ੇਸ਼ ਤੌਰ 'ਤੇ ਅਸੀਂ ਇਸ ਗੱਲ ਨੂੰ ਲੱਭਦੇ ਹਾਂ, ਨਾਸਰਤ ਦੇ ਪਰਿਵਾਰ ਦੇ ਵਿੱਚ ਯੇਸ਼ੂ ਮਸੀਹ ਜੇਕਰ ਆਗਿਆਕਾਰ ਅਤੇ ਤਾਬੇਦਾਰ ਰਿਹਾ ਹੈ, ਮਿਹਨਤ ਦਾ ਮੁੱਲ ਉਹ ਸਾਨੂੰ ਸਮਝਾਉਂਦਾ ਹੈ। ਮਿਹਨਤ ਕਰਨਾ ਕੋਈ ਮਾੜੀ ਗੱਲ ਨਹੀਂ, ਹੱਥ ਦੇ ਨਾਲ ਦਇਆ ਦੇ ਨਾਲ ਮਿਹਨਤ ਕਰਨਾ ਕੋਈ ਮਾੜੀ ਗੱਲ ਨਹੀਂ, ਇਹ ਵੀ ਮੁਕਤੀ ਦਾ ਹਿੱਸਾ ਹੈ। ਜਦੋਂ ਇਨਸਾਨ ਨੇ ਪਾਪ ਕੀਤਾ, ਪਾਪ ਦੇ ਵਿੱਚ ਗਿਰ ਗਏ, ਖੁਦਾ ਨੇ ਆਦਮ ਨੂੰ ਇਹ ਦੱਸਿਆ ਤੂੰ ਆਪਣੇ ਪਸੀਨੇ ਦੇ ਨਾਲ ਰੋਟੀ ਕਮਾਏਗਾ, ਅਤੇ ਇਹ ਕੁਫਾਰਾ ਸੀ। ਇਨਸਾਨ ਜਦੋਂ ਪਸੀਨਾ ਨਿਕਾਲ ਕੇ ਯਾਨੀ ਮਿਹਨਤ ਕਰਕੇ ਜਦੋਂ ਰੋਟੀ ਕਮਾਉਂਦਾ ਹੈ, ਉਹ ਸਿਰਫ ਰੋਟੀ ਵਾਸਤੇ ਨਹੀਂ, ਉਹ ਆਪਣੇ ਪਾਪ ਦੇ ਲਈ ਕੁਫਾਰਾ ਵੀ ਬਣ ਜਾਂਦਾ ਹੈ। ਅਤੇ ਇਸੇ ਕਰਕੇ ਮਸੀਹ ਨੇ ਜਿਵੇਂ ਸਰੀਰਕ ਤੌਰ 'ਤੇ ਮਿਹਨਤ ਕੀਤਾ, ਤਰਖਾਣ ਦਾ ਕੰਮ ਆਪਣੇ ਪਾਲਣਹਾਰ ਪਿਤਾ ਜਾਂ ਸੰਤ ਯੂਸਫ ਦੇ ਨਾਲ ਮਿਲ ਕੇ ਜੇ ਕੀਤਾ ਹੈ, ਤਾਂ ਇਹ ਇਸੇ ਤਰ੍ਹਾਂ ਸਾਨੂੰ ਵੀ ਸਾਡੇ ਮਾਤਾ ਪਿਤਾ ਦੇ ਨਾਲ ਮਿਲ ਕੇ ਮਿਹਨਤ ਕਰਨਾ ਹੈ। ਖੇਤੀਬਾੜੀ ਹੋਵੇਗਾ, ਦੂਸਰੇ ਕੋਈ ਕੰਮ ਹੋਵੇਗਾ, ਕੁਛ ਵੀ ਹੋਵੇ, ਰੋਜ਼ਾਨਾ ਜ਼ਿੰਦਗੀ ਦੀ ਜੋ ਵੀ ਕੰਮ ਹੋਵੇ, ਉਹਨਾਂ ਦੇ ਵਿੱਚ ਸਾਨੂੰ ਵੀ ਯੋਗਦਾਨ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ ਅਸੀਂ ਵੀ ਮਿਹਨਤੀ ਬਣਨਾ ਹੈ, ਮਿਹਨਤ ਕਰਨ ਵਾਲਾ ਬਣਨਾ, ਅਤੇ ਉਹ ਮਿਹਨਤ ਮੁਕਤੀ ਦੇ ਲਈ ਮਿਹਨਤ ਦੇ ਰੂਪ ਦੇ ਵਿੱਚ ਬਦਲ ਜਾਂਦਾ ਹੈ। ਇਸ ਦੇ ਨਾਲ ਵਿਸ਼ੇਸ਼ ਤੌਰ 'ਤੇ ਧਿਆਨ ਦੇਣ ਵਾਲੀ ਗੱਲ ਸੰਤ ਪਾਪਾ ਪੌਲ 6 ਸਾਨੂੰ ਦੱਸੇਗਾ। ਨਾਸਰਤ ਦੇ ਵਿੱਚੋਂ ਸਭ ਤੋਂ ਪਹਿਲਾਂ ਸਿੱਖਣ ਵਾਲੀ ਗੱਲ ਇਹੀ ਹੈ, ਉਧਰ ਦੀ ਜੋ ਸਾਇਲੈਂਸ ਜੇ ਹੈ, ਸ਼ਾਂਤ ਵਾਤਾਵਰਣ ਹੈ। ਸ਼ਾਂਤ ਵਾਤਾਵਰਣ ਇਸੇ ਕਰਕੇ ਹੈ, ਸ਼ਾਂਤ ਵਾਤਾਵਰਣ ਦੇ ਵਿੱਚ ਹੀ ਖੁਦਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਇਨਰ ਸਾਇਲੈਂਸ ਬੋਲੇ, ਅੰਦਰੂਨੀ ਤੌਰ 'ਤੇ ਛੁੱਪੀ ਰਹਿਣਾ ਅਤੇ ਬਾਹਰਲੀ ਤੌਰ 'ਤੇ ਵੀ ਸ਼ਾਂਤ ਬਣਾਈ ਰੱਖਣਾ, ਜ਼ਿਆਦਾ ਚਿੱਲਾ ਕੇ ਸ਼ੋਰ ਮਚਾ ਕੇ ਖੁਦਾ ਦੇ ਨਾਲ ਸੰਪਰਕ ਕਰਨਾ ਬਹੁਤ ਮੁਸ਼ਕਲ ਹੈ। ਪਰਿਵਾਰ ਦੇ ਵਿੱਚ ਜ਼ਿਆਦਾ ਸ਼ੋਰ ਮਚਾਇਆ ਜਾਂਦਾ ਹੈ ਤਾਂ ਕੋਈ ਸ਼ਾਂਤੀਪੂਰਵਕ ਰਹਿ ਨਹੀਂ ਸਕਦਾ ਹੈ, ਬਜ਼ੁਰਗ ਲੋਕ ਇਹ ਮੁਸ਼ਕਿਲ ਹੋ ਜਾਂਦੇ, ਬੱਚੇ ਜ਼ਿਆਦਾ ਸ਼ੋਰ ਮਚਾਏਗਾ ਤੋ ਸ਼ਾਂਤੀਪੂਰਵਕ ਰਹਿਣਾ, ਸਾਇਲੈਂਸ ਬਣਾਈ ਰੱਖਣਾ ਹੈ, ਚੁੱਪ ਰਹਿਣਾ, ਚੁੱਪੀ ਬਣਾਈ ਰੱਖਣਾ, ਇਹਦੇ ਰਾਹੀਂ ਅਸੀਂ ਖੁਦਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਖੁਦਾ ਦੀ ਆਵਾਜ਼ ਨੂੰ ਸੁਣਨ ਲਈ ਵੀ ਇਹ ਜ਼ਰੂਰੀ ਹੈ। ਮਰੀਅਮ ਇਹਨਾਂ ਸਾਰੀਆਂ ਗੱਲਾਂ ਨੂੰ ਆਪਣੇ ਮਨ ਵਿੱਚ ਸੰਭਾਲ ਕੇ ਰੱਖੀ ਅਤੇ ਉਹਦੇ ਬਾਰੇ ਵਿਚਾਰ ਕਰਦੀ ਰਹੀ। ਮੁਕਤੀ ਦੀਆਂ ਪੈਦਾਂ ਵੱਲ ਧਿਆਨ ਰੱਖਣਾ ਅਤੇ ਉਹਨਾਂ ਨੂੰ ਆਪਣੇ ਮਨ ਵਿੱਚ ਵਿਚਾਰ ਕਰਦੇ ਰਹਿਣਾ, ਇਹ ਸਾਨੂੰ ਮੁਕਤੀ ਦੇ ਰਾਹ ਉੱਤੇ ਲੈ ਚੱਲਣਗੇ। ਤੋ ਸਾਡੀ ਜ਼ਿੰਦਗੀ, ਪਰਿਵਾਰਕ ਜ਼ਿੰਦਗੀ ਇਸੇ ਤਰ੍ਹਾਂ ਸਾਨੂੰ ਇਸ਼ਾਰਾ ਦਿੰਦਾ ਹੈ ਕਿ ਸਾਇਲੈਂਸ ਦੇ ਵਿੱਚ, ਚੁੱਪੀ ਦੇ ਵਿੱਚ ਮੁਕਤੀ ਦੀਆਂ ਪੈਦਾ, ਖੁਦਾ ਦੇ ਵਚਨ, ਪ੍ਰਭੂ ਯੇਸ਼ੂ ਮਸੀਹ ਦੇ ਜੀਵਨ, ਪ੍ਰਭੂ ਯੇਸ਼ੂ ਮਸੀਹ ਦੇ
ਜੋ ਛੁਪਿਆ ਹੋਇਆ ਜ਼ਿੰਦਗੀ ਇਹਨਾਂ ਸਭ ਦੇ ਬਾਰੇ ਅਤੇ ਜਿਹੜੀਆਂ ਗੱਲਾਂ ਸਾਡੇ ਸਾਹਮਣੇ ਪ੍ਰਗਟ ਹੈ ਉਹਨਾਂ ਦੇ ਬਾਰੇ ਵਿਚਾਰ ਕਰਨਾ ਹੈ। ਸ਼ੋਰ ਦੇ ਵਿੱਚ ਖੁਦਾ ਦੀਆਂ ਪੈਦਾ ਨੂੰ ਨਹੀਂ ਅਸੀਂ ਧਿਆਨ ਕਰ ਸਕਣਗੇ। ਇਹ ਚੁੱਪੀ ਦੇ ਵਿੱਚ ਸਾਡੇ ਸਮੇਂ ਦੇ ਵਿੱਚ ਔਰ ਬਹੁਤ ਸਾਰੇ ਗੱਲਾਂ ਹੈ, ਜਿਵੇਂ ਪਰਿਵਾਰ ਦੇ ਵਿੱਚ ਟੀ ਵੀ ਔਨ ਰੱਖਣਾ, ਮੋਬਾਈਲ ਦੇ ਵਿੱਚ ਬਹੁਤ ਸਾਰੀਆਂ ਪ੍ਰੋਗਰਾਮਾਂ ਹੈ, ਬਹੁਤ ਸਾਰੇ ਮਨੋਰੰਜਨ ਦੀਆਂ ਚੀਜ਼ਾਂ ਹੈ, ਉਹ ਸਭ ਦਿਮਾਗ ਦੇ ਵਿੱਚ ਭਰਦੇ ਰਹਿਣਾ। ਖੁਦਾ ਦੀ ਆਵਾਜ਼ ਅਸੀਂ ਕਿਵੇਂ ਪਹੁੰਚਾਉਣਗੇ, ਕਿਵੇਂ ਸੁਣਨਗੇ? ਅਤੇ ਚੁੱਪੀ ਦਾ ਮਤਲਬ ਇਹ ਹੈ ਕਿ ਸਾਨੂੰ ਖੁਦਾ ਤੋਂ ਦੂਰ ਕਰਨ ਵਾਲੀਆਂ ਚੀਜ਼ਾਂ ਤੋਂ ਅਸੀਂ ਪਰਹੇਜ਼ ਕਰਨਾ ਹੈ। ਅਤੇ ਜਦੋਂ ਅਸੀਂ ਇਸੇ ਤਰ੍ਹਾਂ ਪਰਹੇਜ਼ ਕਰੇਗਾ, ਇਹ ਇੱਕ ਕੁਰਬਾਨੀ ਵੀ ਹੈ, ਪਰ ਉਹਦੇ ਨਾਲ ਖੁਦਾ ਦੇ ਨਾਲ ਸੰਪਰਕ ਕਰਨਾ ਜਾਂ ਖੁਦਾ ਸਾਡੇ ਨਾਲ ਸੰਪਰਕ ਕਰਨਾ, ਇਹ ਕਿਤਨੇ ਆਸਾਨ ਹੋ ਜਾਂਦੇ ਹੈ। ਖੁਦਾ ਦੀ ਹਜ਼ੂਰੀ ਉੱਥੇ ਅਨੁਭਵ ਕੀਤਾ ਜਾਂਦਾ ਹੈ, ਅਤੇ ਖੁਦਾ ਦੀ ਹਜ਼ੂਰੀ ਦੇ ਵਿੱਚ ਅਸੀਂ ਜੀਵਣਾ ਹੈ। ਸਾਡੇ ਪਰਿਵਾਰ, ਸਾਡੇ ਘਰ ਖੁਦਾ ਦੀ ਹਜ਼ੂਰੀ ਦਾ ਜਗ੍ਹਾ ਬਣਨਾ ਚਾਹੀਦਾ ਹੈ, ਸ਼ੋਰ ਦੀ ਨਹੀਂ, ਉਲਟਾ ਸਿੱਧਾ ਆਵਾਜ਼ ਦੀ ਜਗ੍ਹਾ ਨਹੀਂ। ਸ਼ਾਂਤਪੂਰਵਕ ਖੁਦਾ ਦੀ ਹਜ਼ੂਰੀ ਦੇ ਵਿੱਚ ਆਨੰਦ ਅਨੁਭਵ ਕਰਨ ਵਾਲੀ ਜਗ੍ਹਾ। ਸੰਤ ਪਾਪਾ ਫ੍ਰਾਂਸਿਸ ਨੇ ਇਹ ਕਹੇਗਾ, ਸਾਡਾ ਪਰਿਵਾਰ ਆਨੰਦ ਦੀ ਜਗ੍ਹਾ ਹੈ, ਸਾਡੇ ਪਰਿਵਾਰ ਸੁਰੱਖਿਆ ਦੀ ਜਗ੍ਹਾ ਹੈ, ਜਿੱਥੇ ਖੁਦਾ ਵਾਸ ਕਰਦਾ ਹੈ। ਖੁਦਾ ਦੀ ਹਜ਼ੂਰੀ ਦੇ ਵਿੱਚ ਆਨੰਦਮਈ ਜੀਵਨ ਬਿਤਾਉਣਾ ਹੈ। ਅਤੇ ਪ੍ਰਭੂ ਯਿਸੂ ਮਸੀਹ ਦੇ ਇਹ ਛੁਪਿਆ ਹੋਇਆ ਜ਼ਿੰਦਗੀ ਸਾਨੂੰ ਇਹਨਾਂ ਸਾਰੀਆਂ ਗੱਲਾਂ ਵੱਲ ਧਿਆਨ ਲਿਆਉਂਦਾ ਹੈ ਕਿ ਸਾਨੂੰ ਵੀ ਕੋਸ਼ਿਸ਼ ਕਰਨਾ ਚਾਹੀਦਾ ਕਿ ਸਾਡੀ ਜ਼ਿੰਦਗੀ, ਜੇ ਬੜੇ ਲੋਕ ਹੈ, ਪਰਿਵਾਰਕ ਲੋਕ ਹੈ, ਪਤੀ ਪਤਨੀ ਮਾਤਾ ਪਿਤਾ ਹੈ, ਆਪਣੇ ਘਰ ਨੂੰ ਇਸੇ ਤਰੀਕੇ ਦੇ ਨਾਲ ਲੈ ਚੱਲਣਾ ਤਾਂ ਕਿ ਸਾਡੇ ਬੱਚੇ ਖੁਦਾ ਦੀ ਹਜ਼ੂਰੀ ਦੇ ਵਿੱਚ, ਖੁਦਾ ਦੀ ਮਾਹੌਲ ਦੇ ਵਿੱਚ, ਸੁਰਗ ਦੀ ਮਾਹੌਲ ਦੇ ਵਿੱਚ ਆਪਣੀ ਜ਼ਿੰਦਗੀ ਬਿਤਾਈਏ, ਦੁਨੀਆ ਦੀ ਸ਼ੋਰ ਦੇ ਵਿੱਚ ਨਹੀਂ। ਉਹ ਗੁੰਮਰਾਹ ਹੋ ਜਾਵੇਗਾ ਅਤੇ ਉਹਨਾਂ ਨੂੰ ਬਚਾਉਣਾ ਮੁਸ਼ਕਿਲ ਹੋਵੇਗਾ, ਪਰ ਪਰਿਵਾਰ ਇਹੋ ਜਿਹਾ ਜਗ੍ਹਾ ਹੋਣਾ ਚਾਹੀਦਾ ਹੈ ਜਿੱਥੇ ਸ਼ਾਂਤੀਪੂਰਵਕ ਹਰੇਕ ਆਪਣੇ ਆਪਣੇ ਕਰਤੱਵ ਪੂਰਾ ਕਰਦਾ ਹੈ ਅਤੇ ਹਰੇਕ ਇੱਕ ਦੂਸਰੇ ਦੀ ਆਦਰ ਕਰਦਾ ਹੈ, ਇੱਕ ਦੂਸਰੇ ਦੀ ਮਦਦ ਕਰਦਾ ਹੈ, ਅਤੇ ਜੋ ਕੁਛ ਵੀ ਕੀਤਾ ਜਾਂਦਾ ਉਹ ਸਭ ਕੁਰਬਾਨੀ ਵੱਲੋਂ ਖੁਦਾ ਅੱਗੇ ਚੜਾਇਆ ਜਾਂਦਾ ਹੈ। ਇਸੇ ਤਰ੍ਹਾਂ ਜੀਵਨ ਦੇ ਲਈ ਆਵੋ ਅਸੀਂ ਖੁਦਾ ਦੀ ਮਦਦ ਮੰਗੀਏ। ਅਸੀਂ ਪ੍ਰਾਰਥਨਾ ਕਰੀਏ। ਪਿਆਰੇ ਪ੍ਰਭੂ ਜੀ, ਅਸੀਂ ਤੇਰਾ ਧੰਨਵਾਦ ਸ਼ੁਕਰ ਕਰਦੇ ਹਾਂ। ਨਾਸਰਤ ਦੇ ਜ਼ਿੰਦਗੀ ਜੋ ਪ੍ਰਭੂ ਯੇਸ਼ੂ ਨੇ ਬਿਤਾਇਆ ਹੈ, ਇਹਦੇ ਬਾਰੇ ਅਸੀਂ ਜ਼ਿਆਦਾਤਰ ਕੁਛ ਨਹੀਂ ਜਾਣਦੇ ਹਾਂ, ਪਰ ਫਿਰ ਵੀ ਪ੍ਰਭੂ ਜੀ ਤੋਂ ਪਵਿੱਤਰ ਵਚਨ ਦੇ ਰਾਹੀਂ ਸਾਨੂੰ ਸਮਝਾਉਂਦਾ ਹੈ ਕਿ ਉਹ ਆਪਣੇ ਮਾਤਾ ਪਿਤਾ ਦੀ ਆਗਿਆਕਾਰ ਰਹੇ। ਨਾਸਰਤ ਦੇ ਪਰਿਵਾਰ ਸਾਡੇ ਲਈ ਨਮੂਨਾ ਹੈ। ਉੱਥੇ ਰਹਿਣ ਵਾਲੇ ਪਾਲਨਹਾਰ ਪਿਤਾ ਸੰਤ ਯੂਸਫ, ਯੇਸ਼ੂ ਦੀ ਮਾਂ ਮਰੀਅਮ ਅਤੇ ਬਾਲਕ ਯੇਸ਼ੂ, ਉਹਨਾਂ ਦੇ ਜੀਵਨ, ਮਿਹਨਤ, ਉਹਨਾਂ ਦੀ ਸ਼ਾਂਤੀਪੂਰਵਕ ਰਹਿਣਾ, ਖੁਦਾ ਦੀ ਹਜ਼ੂਰੀ ਨੂੰ ਬਣਾਈ ਰੱਖਣਾ, ਇਹਨਾਂ ਸਭ ਦੇ ਮੁਤਾਬਿਕ ਸਾਡੇ ਆਪਣੀ ਜ਼ਿੰਦਗੀ, ਕਲੀਸਿਆਈ ਜੀਵਨ, ਪਰਿਵਾਰਕ ਜੀਵਨ, ਇਹ ਸਭ ਮੁਕਤੀ ਦੀਆਂ ਪੈਦਾ ਉੱਤੇ ਗੌਰ ਕਰਦੇ ਹੋਏ, ਖੁਦਾ ਦੀ ਹਜ਼ੂਰੀ ਨੂੰ ਅਨੁਭਵ ਕਰਦੇ ਹੋਏ ਜੀਵਨ ਦੇ ਲਈ, ਅਤੇ ਸਾਡੇ ਰੋਜ਼ਾਨਾ ਮਿਹਨਤ ਜੋ ਹੈ ਉਹ ਸਾਡੀ ਜ਼ਿੰਦਗੀ ਨੂੰ ਪਵਿੱਤਰ ਕਰਨ ਵਾਲੀ ਦਿੱਤੇ ਗਏ ਕੁਰਬਾਨੀ ਦੇ ਹਿੱਸਾ ਹੈ ਸਮਝ ਕੇ ਸਵੀਕਾਰ ਕਰਨ ਦੇ ਲਈ, ਮਿਹਨਤ ਕਰਨ ਦੇ ਲਈ ਪ੍ਰਭੂ ਜੀ ਸਾਨੂੰ ਫਸਲ ਪ੍ਰਦਾਨ ਕਰ।
ਤੇਰੇ ਪਾਕ ਵਚਨ ਨੂੰ ਸੁਣਨ ਵਾਲੇ ਸਭ ਲੋਕਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਜ਼ਰੂਰਤਾਂ ਨੂੰ ਪ੍ਰਭੂ ਜੀ ਤੇਰੇ ਅੱਗੇ ਸੌਂਪਦੇ ਹਾਂ। ਹਰੇਕ ਨੂੰ ਆਸ਼ ਅਤੇ ਬਰਕਤ ਨਾਲ ਭਰਪੂਰ ਕਰਦੇ ਹਾਂ। ਪੂਰੀ ਕੁਦਰਤ ਵਾਲੇ ਖੁਦਾ ਬਾਪ ਅਤੇ ਬੇਟਾ ਅਤੇ ਰੂਹ ਪਾਕ ਦੇ ਆਸ਼ਿਸ਼ ਤੁਹਾਡੇ 'ਤੇ ਹੋਵੇ ਅਤੇ ਤੁਹਾਡੇ ਨਾਲ ਰਹੇ। ਆਮੇਨ। ਜੈ ਸ਼੍ਰੀ ਕ੍ਰਿਸ਼ਨ।